ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਪਰਿੰਦਰ ਐਜੂਕੇਸ਼ਨ ਵਿੱਚ। ਅੱਜ ਦੀ ਵੀਡੀਓ ਵਿੱਚ ਅਸੀਂ ਦੂਜੇ ਐਗਲੋ ਸਿੱਖ ਯੁੱਧ ਦੇ ਨਾਲ ਸੰਬੰਧਿਤ ਇੰਪੋਰਟੈਂਟ ਐਮ ਸੀ ਕਿਊ ਜਿਹੜੇ ਉਹ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਅਸੀਂ ਪਹਿਲੇ ਐਗਲੋ ਸਿੱਖ ਯੁੱਧ ਦੇ ਬਾਰੇ ਗੱਲ ਕੀਤੀ ਸੀ, ਉਸ ਦੀ ਵੀਡੀਓ ਸਾਡੇ ਚੈਨਲ 'ਤੇ ਅਪਲੋਡ ਆ, ਜਿਹੜੀ ਕਿ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ। ਤਾਂ ਅਸੀਂ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ ਆਪਣੇ ਕੋਲ, ਦੂਜੇ ਐਗਲੋ ਸਿੱਖ ਯੁੱਧ ਦੌਰਾਨ ਭਾਰਤ ਦਾ ਗਵਰਨਰ ਜਨਰਲ ਕੌਣ ਸੀ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਬੀ, ਲਾਰਡ ਡਲਹੌਜ਼ੀ। ਦੂਜੇ ਐਗਲੋ ਸਿੱਖ ਯੁੱਧ ਦੌਰਾਨ ਭਾਰਤ ਦਾ ਗਵਰਨਰ ਜਨਰਲ ਲਾਰਡ ਡਲਹੌਜ਼ੀ ਸੀ। ਫਸਟ ਦੇ ਟਾਈਮ ਦੇ ਵਿੱਚ ਕੌਣ ਸੀ? ਤਾਂ ਉਹ ਸੀ ਲਾਰਡ ਹਾਰਡਿੰਗ। ਠੀਕ ਹੈ ਜੀ, ਇਹ ਫਸਟ ਐਗਲੋ ਸਿੱਖ ਯੁੱਧ ਦੇ ਸਮੇਂ ਸੀ। ਅਗਲਾ ਪ੍ਰਸ਼ਨ, ਦੂਜੇ ਐਗਲੋ ਸਿੱਖ ਯੁੱਧ ਵਿੱਚ ਕਿੰਨੀਆਂ ਲੜਾਈਆਂ ਹੋਈਆਂ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ, 3 ਲੜਾਈਆਂ। ਦੇਖੋ, ਜੇਕਰ ਤੁਹਾਨੂੰ ਅਭਿਆਮ ਦੇ ਵਿੱਚ 3 ਦੀ ਆਪਸ਼ਨ ਨਹੀਂ ਦੇਖਣ ਨੂੰ ਮਿਲਦੀ ਤਾਂ ਤੁਸੀਂ 4 'ਤੇ ਕਲਿੱਕ ਕਰਨਾ ਜੇਕਰ 4 ਆਪਸ਼ਨ ਦੇ ਵਿੱਚ ਦਿਖਦਾ ਹੈ। ਅਜਿਹਾ ਆਪਾਂ ਇਸ ਲਈ ਕਹਿ ਸਕਦੇ ਹਾਂ ਕਿ ਅੰਗਰੇਜ਼ਾਂ ਨੇ ਦੂਜੇ ਐਗਲੋ ਸਿੱਖ ਯੁੱਧ ਦੌਰਾਨ ਮੁਲਤਾਨ ਦੇ ਉੱਤੇ ਕਬਜ਼ਾ ਕੀਤਾ ਸੀ, ਜਿਹੜੀ ਕਿ ਇਸ ਜਿੱਤ ਨੂੰ ਜਾਂ ਕਬਜ਼ੇ ਨੂੰ ਦੂਜੀ ਐਗਲੋ ਸਿੱਖ ਯੁੱਧ ਦੇ ਵਿੱਚ ਗਿਣ ਲਿਆ ਜਾਂਦਾ ਕਈ ਵਾਰੀ ਐਗਜ਼ਾਮ ਦੇ ਵਿੱਚ। ਠੀਕ ਹੈ ਜੀ, ਅਗਲਾ ਪ੍ਰਸ਼ਨ, ਦੂਜੇ ਐਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ ਕਿਹੜੀ ਸੀ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ, ਰਾਮਨਗਰ ਦੀ ਲੜਾਈ। ਠੀਕ ਹੈ ਜੀ, ਪਹਿਲੀ ਲੜਾਈ ਕਿਹੜੀ ਸੀ ਦੂਜੇ ਐਗਲੋ ਸਿੱਖ ਯੁੱਧ ਦੀ? ਰਾਮਨਗਰ ਦੀ ਲੜਾਈ, ਜਿਹੜੀ ਕਿ ਹੋਈ ਸੀ 22 ਨਵੰਬਰ, ਤਰੀਕ ਤੁਸੀਂ ਨੋਟ ਕਰਨੀ ਆ, 1848 ਈਸਵੀ ਦੇ ਵਿੱਚ। ਇਸ ਲੜਾਈ ਦੇ ਵਿੱਚ ਸਿੱਖਾਂ ਦੀ ਅਗਵਾਈ ਕੀਤੀ ਸ਼ੇਰ ਸਿੰਘ ਅਟਾਰੀ ਵਾਲਾ ਨੇ, ਅਤੇ ਦੂਜੇ ਪਾਸੇ ਜਿਹੜੀ ਅੰਗਰੇਜ਼ੀ ਸੈਨਾ ਸੀ ਉਸਦੀ ਅਗਵਾਈ ਕੀਤੀ ਸੀ ਲਾਰਡ ਹਿਊ ਗਫ ਨੇ। ਅਗਲਾ ਪ੍ਰਸ਼ਨ, ਦੂਜੇ ਐਗਲੋ ਸਿੱਖ ਯੁੱਧ ਦੀ ਆਖਰੀ ਲੜਾਈ ਕਿਹੜੀ ਸੀ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਡੀ, ਗੁਜਰਾਤ ਦੀ ਲੜਾਈ। ਜਿਹੜੀ ਅੰਤਿਮ ਲੜਾਈ ਸੀ ਦੂਜੇ ਐਗਲੋ ਸਿੱਖ ਯੁੱਧ ਦੀ, ਤਾਂ ਉਹ ਸੀ ਗੁਜਰਾਤ ਦੀ ਲੜਾਈ, ਜਿਹੜੀ ਕਿ ਹੋਈ ਸੀ ਆਪਣੀ 21 ਫਰਵਰੀ 1849 ਈਸਵੀ ਦੇ ਵਿੱਚ। ਠੀਕ ਹੈ ਜੀ, ਅਗਲਾ ਪ੍ਰਸ਼ਨ ਆਪਣੇ ਕੋਲ, ਕਿਹੜੇ ਦੂਜੇ ਐਗਲੋ ਸਿੱਖ ਯੁੱਧ ਵਿੱਚ ਸਿੱਖ ਜੇਤੂ ਹੋਏ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਬੀ, ਚਿੱਲਿਆਂ ਵਾਲਾ ਦੀ ਲੜਾਈ ਦੇ ਵਿੱਚ। ਠੀਕ ਹੈ ਜੀ, ਜਿਹੜੇ ਆਪਣੇ ਸਿੱਖ ਸੀਗੇ ਉਹ ਰਾਮਨਗਰ ਅਤੇ ਚਿੱਲਿਆਂ ਵਾਲਾ ਦੀ ਲੜਾਈ ਦੇ ਵਿੱਚ ਜੇਤੂ ਰਹੇ ਸੀ, ਅਤੇ ਇਹ ਲੜਾਈ ਹੋਈ ਕਦੋਂ ਸੀ ਉਹਦੀ ਤਰੀਕ ਵੀ ਨੋਟ ਕਰ ਲਓ, 13 ਜਨਵਰੀ 1849 ਈਸਵੀ ਦੇ ਵਿੱਚ। ਅਗਲਾ ਪ੍ਰਸ਼ਨ ਆਪਣੇ ਕੋਲ, ਕਿਹੜਾ ਦੂਜਾ ਐਗਲੋ ਸਿੱਖ ਯੁੱਧ ਬੈਟਲ ਆਫ ਗੰਜ ਵਜੋਂ ਜਾਣਿਆ ਜਾਂਦਾ ਹੈ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਡੀ, ਗੁਜਰਾਤ ਦੀ ਲੜਾਈ, ਜਿਹੜੀ ਕਿ ਦੂਜੇ ਐਗਲੋ ਸਿੱਖ ਯੁੱਧ ਦੀ ਅੰਤਿਮ ਲੜਾਈ ਸੀ, ਇਸ ਨੂੰ ਬੈਟਲ ਆਫ ਗੰਜ ਕਿਹਾ ਜਾਂਦਾ ਹੈ। ਇਸ ਲੜਾਈ ਦੇ ਵਿੱਚ ਭਾਰੀ ਗੋਲਾਬਾਰੀ ਹੋਈ ਸੀਗੀ, 1 ਘੰਟੇ ਲਗਾਤਾਰ, 1 ਘੰਟੇ ਬਾਅਦ ਜਿਹੜੇ ਸਿੱਖ ਸੈਨਾ ਸੀ ਉਸਦਾ ਜਿਹੜਾ ਗੋਲਾ ਬਾਰੂਦ ਆ ਉਹ ਖਤਮ ਹੋ ਜਾਂਦਾ ਅਤੇ ਅੰਗਰੇਜ਼ਾਂ ਦੀ ਜਿੱਤ ਹੋ ਜਾਂਦੀ ਆ। ਅਗਲਾ ਪ੍ਰਸ਼ਨ ਆਪਣੇ ਕੋਲ, ਦੂਜੇ ਐਗਲੋ ਸਿੱਖ ਯੁੱਧ ਦਾ ਸਹੀ ਕ੍ਰਮ ਕੀ ਹੈ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਏ, ਪਹਿਲੀ ਹੋਈ ਸੀ ਰਾਮਨਗਰ ਦੀ ਲੜਾਈ, ਦੂਜੀ ਹੋਈ ਸੀ ਚਿੱਲੀਆਂ ਵਾਲੇ ਦੀ ਲੜਾਈ, ਅਤੇ ਤੀਜੀ ਹੋਈ ਸੀ ਗੁਜਰਾਤ ਦੀ। ਅਗਲਾ ਪ੍ਰਸ਼ਨ ਹੈ ਆਪਣਾ ਜੋੜੀ ਮਿਲਾਓ। ਪਹਿਲਾ ਹੈ ਰਾਮਨਗਰ ਦੀ ਲੜਾਈ, ਜਿਹੜੀ ਕਿ ਹੋਈ ਸੀ ਆਪਣੀ 22 ਨਵੰਬਰ 1848 ਦੇ ਵਿੱਚ। ਠੀਕ ਹੈ ਜੀ, ਦੂਜੀ ਹੈ ਚਿੱਲੀਆਂ ਵਾਲਾ ਦੀ ਲੜਾਈ, ਇਹ ਲੜਾਈ ਹੋਈ ਸੀ ਆਪਣੀ 13 ਜਨਵਰੀ 1849 ਦੇ ਵਿੱਚ। ਅਤੇ ਮੁਲਤਾਨ 'ਤੇ ਕਬਜ਼ਾ, ਅੰਗਰੇਜ਼ਾਂ ਦੁਆਰਾ ਮੁਲਤਾਨ 'ਤੇ ਕਬਜ਼ਾ ਕੀਤਾ ਗਿਆ ਸੀ, ਉਹ ਕੀਤਾ ਗਿਆ ਸੀ ਆਪਣਾ 22 ਜਨਵਰੀ 1849 ਦੇ ਵਿੱਚ। ਗੁਜਰਾਤ ਦੀ ਲੜਾਈ, ਇਹ ਲੜਾਈ ਜਿਹੜੀ ਹੋਈ ਸੀ 21 ਫਰਵਰੀ 1849 ਦੇ ਵਿੱਚ, ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਮੁਲਤਾਨ ਦੇ ਕਬਜ਼ੇ 'ਤੇ ਆਪਾਂ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ।
ਮੁਲਤਾਨ ਦੇ ਨਾਜ਼ਮ ਦੀਵਾਨ ਸਾਵਲਮਲ ਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਦੀਵਾਨ ਮੂਲ ਰਾਜ ਨੂੰ ਮੁਲਤਾਨ ਦਾ ਨਾਜ਼ਮ ਨਿਯੁਕਤ ਕਰ ਦਿੱਤਾ ਗਿਆ ਸੀ। ਕੁਝ ਸਮੇਂ ਬਾਅਦ ਉਸਦੇ ਅੰਗਰੇਜ਼ਾਂ ਨਾਲ ਸੰਬੰਧ ਵਿਗੜ ਜਾਂਦੇ ਨੇ, ਜਿਸ ਦੇ ਸਿੱਟੇ ਵਜੋਂ 22 ਜਨਵਰੀ 1849 ਈਸਵੀ ਨੂੰ ਅੰਗਰੇਜ਼ ਨੇ ਜਿਹੜੇ ਉਹ ਮੁਲਤਾਨ ਉੱਤੇ ਹਮਲਾ ਕਰ ਦਿੰਦੇ ਨੇ, ਜਾਂ ਕਹਿੰਦੇ ਹਾਂ ਆਪਾਂ ਕਬਜ਼ਾ ਕਰ ਲੈਂਦੇ ਨੇ। ਅਗਲਾ ਪ੍ਰਸ਼ਨ ਆਪਣੇ ਕੋਲ, ਪੰਜਾਬ ਦਾ ਆਖਰੀ ਸਿੱਖ ਸ਼ਾਸਕ ਕੌਣ ਸੀ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ, ਮਹਾਰਾਜਾ ਦਲੀਪ ਸਿੰਘ ਸੀ ਜਿਹੜੇ ਉਹ ਪੰਜਾਬ ਦੇ ਆਖਰੀ ਸਿੱਖ ਸ਼ਾਸਕ ਹੋਏ ਹਨ। ਅਗਲਾ ਪ੍ਰਸ਼ਨ ਆਪਣੇ ਕੋਲ, ਮਹਾਰਾਜਾ ਦਲੀਪ ਸਿੰਘ ਕਿੰਨਾ ਦਾ ਪੁੱਤਰ ਸੀ? ਤਾਂ ਇਹਨਾਂ ਦੇ ਦੱਸਣਾ ਆਪਾਂ ਇਹਨਾਂ ਵਿੱਚੋਂ ਵੀ ਕੌਣ ਸੀ ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਸੀ? ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਬੀ, ਮਹਾਰਾਣੀ ਜਿੰਦਾ ਕੌਰ। ਇਹ ਪ੍ਰਸ਼ਨ ਤੁਹਾਨੂੰ ਇਸ ਤਰੀਕੇ ਨਾਲ ਪੁੱਛਿਆ ਜਾ ਸਕਦਾ ਡਾਇਰੈਕਟ ਕਿ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਦਾ ਕੀ ਨਾਮ ਸੀ। ਅਗਲਾ ਪ੍ਰਸ਼ਨ ਆਪਣੇ ਕੋਲ, ਮਹਾਰਾਜਾ ਦਲੀਪ ਸਿੰਘ ਦੀ ਮੌਤ ਕਿੱਥੇ ਹੋਈ ਸੀ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਡੀ, ਪੈਰਿਸ। ਪੈਰਿਸ ਜਿਹੜੀ ਕਿ ਫਰਾਂਸ ਦੀ ਰਾਜਧਾਨੀ ਹੈ। ਮਹਾਰਾਜਾ ਦਲੀਪ ਸਿੰਘ ਦੀ ਮੌਤ ਪੈਰਿਸ ਵਿਖੇ ਹੋਈ ਸੀ। ਅਗਲਾ ਪ੍ਰਸ਼ਨ ਆਪਣੇ ਕੋਲ, ਮਹਾਰਾਜਾ ਦਲੀਪ ਸਿੰਘ ਦੁਆਰਾ ਆਪਣੇ ਆਖਰੀ ਸਮੇਂ ਵਿੱਚ ਕਿਸ ਧਰਮ ਨੂੰ ਅਪਣਾਇਆ ਗਿਆ ਸੀ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਬੀ, ਈਸਾਈ ਧਰਮ। ਅਗਲਾ ਪ੍ਰਸ਼ਨ ਆਪਣੇ ਕੋਲ, ਕਿਸ ਨੂੰ ਬਲੈਕ ਪ੍ਰਿੰਸ ਆਫ ਫਰਥ ਸ਼ਾਇਰ ਕਿਹਾ ਜਾਂਦਾ ਹੈ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ, ਮਹਾਰਾਜਾ ਦਲੀਪ ਸਿੰਘ ਨੂੰ ਜੀ। ਅਗਲਾ ਪ੍ਰਸ਼ਨ ਆਪਣੇ ਕੋਲ, ਅੰਗਰੇਜ਼ਾਂ ਨੂੰ ਕੋਹੇਨੂਰ ਹੀਰਾ ਕਿੱਥੋਂ ਮਿਲਿਆ ਸੀ? ਤਾਂ ਉਹ ਮਿਲਿਆ ਸੀ ਆਪਣੇ ਸਿੱਖ ਰਾਜ ਦੇ ਅੰਤਿਮ ਰਾਜੇ ਤੋਂ, ਮਹਾਰਾਜਾ ਦਲੀਪ ਸਿੰਘ ਤੋਂ ਜੀ। ਅਗਲਾ ਪ੍ਰਸ਼ਨ ਆਪਣੇ ਕੋਲ, ਮਹਾਰਾਣੀ ਜਿੰਦਾ ਕੌਣ ਸੀ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਡੀ, ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਪਤਨੀ ਸੀ ਉਹ ਮਹਾਰਾਣੀ ਜਿੰਦਾ ਸੀ, ਅਤੇ ਉਹਨਾਂ ਦੇ ਜਿਹੜਾ ਪੁੱਤਰ ਸੀ ਉਹਨਾਂ ਦਾ ਨਾਮ ਸੀ ਮਹਾਰਾਜਾ ਦਲੀਪ ਸਿੰਘ। ਅਗਲਾ ਪ੍ਰਸ਼ਨ, 1845 ਵਿੱਚ ਕਿਸ ਨੇ ਲਾਲ ਸਿੰਘ ਨੂੰ ਪੰਜਾਬ ਰਾਜ ਦਾ ਵਜ਼ੀਰ ਬਣਾਇਆ ਸੀ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਸੀ, ਮਹਾਰਾਣੀ ਜਿੰਦਾ ਕੌਰ। ਠੀਕ ਹੈ ਜੀ, ਜਿਹਨੂੰ ਜਿੰਦ ਕੌਰ ਵੀ ਇਤਿਹਾਸ ਦੇ ਵਿੱਚ ਕਿਹਾ ਜਾਂਦਾ ਹੈ, ਉਹਨਾਂ ਨੇ 1845 ਈਸਵੀ ਵਿੱਚ ਲਾਲ ਸਿੰਘ ਨੂੰ ਲਾਹੌਰ ਰਾਜ ਜਾਂ ਪੰਜਾਬ ਰਾਜ ਦਾ ਵਜ਼ੀਰ ਬਣਾਇਆ ਸੀ। ਇਸ ਦੇ ਬਾਰੇ ਵਿੱਚ ਆਪਾਂ ਕੱਲ੍ਹ ਦੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਹੈ, ਉਹ ਤੁਸੀਂ ਵੀਡੀਓ ਦੇਖ ਸਕਦੇ ਹੋ ਪਲੇਲਿਸਟ ਦੇ ਵਿੱਚ ਆ ਕੇ। ਅਗਲਾ ਪ੍ਰਸ਼ਨ ਆਪਣੇ ਕੋਲ, ਕਿਹੜਾ ਮਰਾਠਾ ਆਗੂ ਰਣਜੀਤ ਸਿੰਘ ਨੂੰ ਉਸਦੇ ਦਰਬਾਰ ਵਿੱਚ ਮਿਲਣ ਆਇਆ ਸੀ? ਤਾਂ ਇਸਦਾ ਰਾਈਟ ਆਂਸਰ ਹੈ ਆਪਣੇ ਕੋਲ ਆਪਸ਼ਨ ਬੀ, ਜਸਵੰਤ ਰਾਓ ਹੋਲਕਰ। ਜਸਵੰਤ ਰਾਓ ਹੋਲਕਰ ਮਰਾਠਾ ਆਗੂ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਦੇ ਦਰਬਾਰ ਦੇ ਵਿੱਚ ਮਿਲਣ ਆਇਆ ਸੀ। ਅੰਤ ਦੇ ਵਿੱਚ ਆਪਾਂ ਦੇਖ ਲੈਂਦੇ ਹਾਂ, ਦੂਜੇ ਐਗਲੋ ਸਿੱਖ ਯੁੱਧ ਦੌਰਾਨ ਸਿੱਖਾਂ ਦੀ ਜਿਹੜੀ ਗਵਾਹੀ ਸੀ ਉਹ ਕਿਹਨੇ ਕੀਤੀ ਸੀ ਅਤੇ ਅੰਗਰੇਜ਼ਾਂ ਦੀ ਗਵਾਹੀ ਕਿਹਨੇ ਕੀਤੀ ਸੀ? ਪਹਿਲੀ ਆਪਣੇ ਕੋਲ ਲੜਾਈ ਹੈ ਰਾਮਨਗਰ ਦੀ ਲੜਾਈ, ਇਸ ਦੇ ਵਿੱਚ ਸਿੱਖਾਂ ਦੀ ਜਿਹੜੀ ਗਵਾਹੀ ਕੀਤੀ ਸੀ ਉਹ ਕੀਤੀ ਸੀ ਸ਼ੇਰ ਸਿੰਘ ਅਟਾਰੀ ਵਾਲਾ ਨੇ, ਅਤੇ ਦੂਜੇ ਪਾਸੇ ਅੰਗਰੇਜ਼ਾਂ ਦੀ ਜਿਹੜੀ ਗਵਾਹੀ ਕੀਤੀ ਸੀ ਉਹ ਕੀਤੀ ਸੀ ਸਰ ਗੱਫ ਨੇ, ਜਿਹਨੂੰ ਆਪਾਂ ਹਿਊ ਗੱਫ ਹੀ ਕਹਿੰਦੇ ਹਾਂ। ਇਹ ਲੜਾਈ ਹੋਈ ਸੀ ਆਪਣੀ 22 ਨਵੰਬਰ 1848 ਦੇ ਵਿੱਚ। ਦੂਜੀ ਲੜਾਈ ਹੈ ਆਪਣੀ ਚਿੱਲੀਆਂ ਵਾਲੀ ਦੀ ਲੜਾਈ, ਇਸ ਦੇ ਵਿੱਚ ਵੀ ਸਿੱਖਾਂ ਦੀ ਅਗਵਾਈ ਸ਼ੇਰ ਸਿੰਘ ਅਟਾਰੀ ਵਾਲਾ ਨੇ ਕੀਤੀ ਸੀ ਅਤੇ ਸਿੱਖ ਸੀ ਜਿਹੜੇ ਜੇਤੂ ਰਹੇ ਸੀ, ਅਤੇ ਦੂਜੇ ਪਾਸੇ ਅੰਗਰੇਜ਼ ਸੀ ਜਿਹੜੇ ਉਹਨਾਂ ਦੀ ਅਗਵਾਈ ਕੀਤੀ ਸੀ ਸਰ ਗੱਫ ਨੇ, ਅਤੇ ਜਿਹੜੀ ਲੜਾਈ ਹੋਈ ਸੀ ਇਹ ਹੋਈ ਸੀ 13 ਜਨਵਰੀ 1849 ਦੇ ਵਿੱਚ। ਚਿੱਲਿਆਂ ਵਾਲੀ ਜਿਹੜੀ ਲੜਾਈ ਹੋਈ ਸੀ ਇਸ ਤੋਂ ਬਾਅਦ ਕੀ ਹੋਇਆ ਸੀ, ਇੱਕ ਜਿਹੜਾ ਅੰਗਰੇਜ਼ ਅਧਿਕਾਰੀ ਸੀ ਜਿਹੜਾ ਉਹ ਹੋਰ ਸ਼ਾਮਲ ਹੋਇਆ ਸੀ, ਉਹਨਾਂ ਦਾ ਤੁਸੀਂ ਨਾਮ ਯਾਦ ਰੱਖਣਾ ਸਰ ਚਾਰਲਸ ਨੇਪੀਅਰ। ਚਿੱਲਿਆਂ ਵਾਲੀ ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਦਾ ਜਿਹੜਾ ਭਾਰੀ ਨੁਕਸਾਨ ਹੋਇਆ ਸੀ, ਇਸ ਕਰਕੇ ਜਿਹੜਾ ਪ੍ਰਧਾਨ ਸੈਨਾਪਤੀ ਸੀ ਅੰਗਰੇਜ਼ਾਂ ਨੇ ਸਰ ਚਾਰਲਸ ਨੇਪੀਅਰ ਨੂੰ ਬਣਾ ਦਿੱਤਾ ਸੀ। ਉਸ ਤੋਂ ਬਾਅਦ ਅੰਗਰੇਜ਼ਾਂ ਦੁਆਰਾ ਮੁਲਤਾਨ 'ਤੇ ਕਬਜ਼ਾ ਕੀਤਾ ਜਾਂਦਾ ਹੈ,
ਅਤੇ ਉਸ ਦੌਰਾਨ ਜਿਹੜਾ ਇਹ ਵਿਦਰੋਹੀ ਸੀਗੇ ਮੁਲਤਾਨ ਦੇ, ਉਹਨਾਂ ਦੀ ਅਗਵਾਈ ਕੀਤੀ ਸੀ ਦੀਵਾਨ ਮੂਲ ਰਾਜ ਨੇ, ਅਤੇ ਦੂਜੇ ਪਾਸੇ ਅੰਗਰੇਜ਼ਾਂ ਦੀ ਅਗਵਾਈ ਕੀਤੀ ਸੀ ਜਰਨਲ ਵਿਸ ਨੇ। ਇਹ ਜਿਹੜਾ ਸੰਘਰਸ਼ ਹੋਇਆ ਸੀ ਜਾਂ ਲੜਾਈ ਹੋਈ ਸੀ, ਇਹ ਹੋਈ ਸੀ 22 ਜਨਵਰੀ 1849 ਈਸਵੀ ਦੇ ਵਿੱਚ। ਤੀਜੀ ਲੜਾਈ ਹੈ ਆਪਣੀ ਗੁਜਰਾਤ ਦੀ ਲੜਾਈ। ਇਸ ਦੇ ਵਿੱਚ ਸਿੱਖਾਂ ਦੀ ਅਗਵਾਈ ਕੀਤੀ ਸੀ ਚਤੁਰ ਸਿੰਘ ਅਤੇ ਸ਼ੇਰ ਸਿੰਘ ਅਟਾਰੀ ਵਾਲਾ ਨੇ, ਅਤੇ ਦੂਜੇ ਪਾਸੇ ਜਿਹੜੀ ਅੰਗਰੇਜ਼ ਸੀ ਸੈਨਾ ਸੀ ਉਸ ਦੀ ਅਗਵਾਈ ਕੀਤੀ ਸਰ ਗਫ ਅਤੇ ਨਾਲ ਉਹਨਾਂ ਦੀ ਸੀ ਸਰ ਚਾਰਲਸ ਨੇਪੀਅਰ। ਠੀਕ ਹੈ ਜੀ, ਇਹ ਦੋਹਾਂ ਵਿਅਕਤੀ ਸੀ ਜਿਹੜੇ ਅੰਗਰੇਜ਼ਾਂ ਦੀ ਅਗਵਾਈ ਕਰ ਰਹੇ ਸੀ। ਤਾਂ ਇਹ ਲੜਾਈ ਹੋਈ ਸੀ 21 ਫਰਵਰੀ 1849 ਈਸਵੀ ਦੇ ਵਿੱਚ। ਇਹ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲਈ ਨਿਰਣਾਇਕ ਲੜਾਈ ਸੀ। ਇਸ ਲੜਾਈ ਵਿੱਚ ਅੰਗਰੇਜ਼ ਜੇਤੂ ਰਹੇ ਸੀ। ਇਹ ਸੀ ਦੂਜੇ ਐਗਲੋ ਸਿੱਖ ਯੁੱਧ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ। ਜੇਕਰ ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਵੀਡੀਓ ਦੇਖਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਜੀ।